ਤੇ ਕਿੱਦਾਂ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਅੱਜ ਆਪਾਂ ਗੱਲ ਕਰਨ ਜਾ ਰਹੇ ਸਿੱਧੂ ਮੂਸੇਵਾਲੇ ਬਾਈ ਨੂੰ ਦਿੱਤੇ ਗਏ ਟ੍ਰਿਬਿਊਟ ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਲਾਂਗੇ ਸਿੱਧੂ ਬਾਈ ਦੇ ਫੈਨਸ ਨੂੰ ਦਿੱਤੀ ਗਈ ਵਾਰਨਿੰਗ ਨਾਲ ਹਰਸ਼ ਲਿਖਾਰੀ ਨੇ ਸਿੱਧੂ ਬਾਈ ਦੇ ਬਾਰੇ ਕੁਝ ਗੱਲਬਾਤ ਕੀਤੀ ਤੇ ਦਿਲਜੀਤ ਦੁਸਾਂਝ ਤੇ ਬਾਦਸ਼ਾਹ ਪਾਜੀ ਦੇ ਇੱਕ ਨਵੇਂ ਟਰੈਕ ਦਾ ਵੀ ਆਪਾਂ ਬਰੀਫ ਜਿਹਾ ਰਿਵਿਊ ਕਰ ਲਾਂਗੇ ਤੇ ਸਭ ਕੁਝ ਆਪਾਂ ਡਿਸਕਸ ਕਰਾਂਗੇ ਸਭ ਨਾਲ ਪਹਿਲਾਂ ਆਪਾਂ ਇਹ ਗੱਲ ਕਰ ਲੈਣੇ ਕਿ ਯਾਰ ਜਿੱਥੇ ਵੀ ਤੁਸੀਂ ਜਾਓ ਕੋਈ ਵੀ ਪਲੇਟਫਾਰਮ ਓਪਨ ਕਰ ਲਓ ਚਾਹੇ ਉਹ ਟਿਕਟੋਕ ਇੰਸਟਾਗ੍ਰam ਸਪੋਟੀਫਾਈ YouTube ਸ਼ਾਰਟਸ ਇਵਨ ਕਿ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਤੁਸੀਂ ਓਪਨ ਕਰੋ ਤੇ ਤੁਹਾਨੂੰ ਸਿੱਧੂ ਬਾਈ ਦਾ ਫੇਸ ਵੇਖਣ ਨੂੰ ਮਿਲੇਗਾ Everywhere I go I see his face ਸਿੱਧੂ ਬਾਈ ਦੀ ਗੋਰਿਆਂ 'ਚ ਪਾਪੂਲੈਰਿਟੀ ਦਾ ਅੰਦਾਜ਼ਾ ਤੁਸੀਂ ਇਸ ਚੀਜ਼ ਤੋਂ ਲਾ ਸਕਦੇ ਦੇਖੀ ਗੋਰੀ ਕੁੜੀਆਂ ਸਿੱਧੂ ਮੂਸੇਵਾਲੇ ਬਾਈ ਦੀ ਕਿੰਨੀਆਂ ਫੈਨ ਨੇ ਉਹਨਾਂ ਦੇ ਗਾਣਿਆਂ ਨੂੰ ਜੋ ਕਿ ਪੰਜਾਬੀ ਲਿਰਿਕਸ ਨੇ ਆਦੀ ਇੰਗਲਿਸ਼ ਕੰਪੋਜੀਸ਼ਨ ਦੇ ਵਿੱਚ ਗਾ ਕੇ ਵੇਖਦੇ ਨੇ ਚਲੋ ਯਾਰ ਮੈਂ ਤੁਹਾਨੂੰ ਕਲਿੱਪ ਖਾਣਾ ਜਿੰਦੇ 'ਚ ਗੋਰੀ ਸਿੱਧੂ ਮੂਸੇਵਾਲੇ ਬਾਈ ਦੀ ਮੂਸ ਸਟੈਪ 'ਚ ਰੈਕਸ਼ਨ ਡਰਾਮ ਟਰੈਕ ਨੂੰ ਲਾਈਵ ਗਾ ਰਹੀ ਸੀ ਕਿੰਨੀ ਮੇਰਾ ਬੋਰ ਬਗੀ ਤੇ ਆਇਆ ਸਿਆ ਨਾਲ ਸਿੱਧੂ ਮੂਸੇਵਾਲੇ ਬਾਈ ਕਿੰਨਾ ਕੈਂਟ ਕਹਿੰਦੀ ਉਹ ਵੀ ਸੁਣੋ ਸਿੱਧੂ ਮੂਸੇਵਾਲਾ ਜਲਵਾ ਹੈ ਹਮਾਰਾ ਫਿਰ ਆਪਾਂ ਗੱਲ ਕਰ ਲਈਏ ਦਿਲਜੀਤ ਦੋਸਾਂਝ ਪਾਜੀ ਤੇ ਬਾਦਸ਼ਾਹ ਦੀ ਕੋਲੈਬੋਰੇਟਿਵ ਟਰੈਕ ਨੈਣਾ ਜੋ ਕਿ ਕਰੂ ਮੂਵੀ ਦੇ ਵਿੱਚ ਹੈਗੀ ਉਹਨੂੰ ਵੀ ਰਿਲੀਜ਼ ਕਰਤਾ ਗਿਆ ਉਹਦਾ ਆਪਾਂ ਬਰੀਫ ਜਿਹਾ ਰਿਵਿਊ ਕਰ ਲੈਂਦੇ ਹਾਂ ਚਲੇ ਸ਼ੁਰੂ ਕਰਦੇ ਹਾਂ ਲਿਰਿਕਸਨ ਦੇ ਰਾਜ ਰਣਜੋਤ ਤੇ ਬਾਦਸ਼ਾਹ ਪਾਜੀ ਦੇ ਪੰਜਾਬੀ ਤੇ ਹਿੰਦੀ ਵਰਡਿੰਗ ਦਾ ਇੱਕ ਬਿਊਟੀਫੁਲ ਜਿਹਾ ਮਿਕਸਚਰ ਕਰਕੇ ਲਿਰਿਕਸ ਲਿਖੇ ਗਏ ਨੇ ਗਵਾਨਾ ਕਿਉਂ ਜ਼ਰੂਰੀ ਨੈਣਾ ਦਾ ਕਹਿਣਾ ਮਿਊਜ਼ਿਕ ਦੀ ਗੱਲ ਕਰਦੇ ਹਾਂ ਤੇ ਮਿਊਜ਼ਿਕ ਬੀਟ ਐਫਰੋ ਵਾਈਬ ਦੇ ਰਹੀ ਹੈ ਮੈਂ ਦਿਲਜੀਤ ਪਾਜੀ ਦੀ ਕਿੰਨੇ ਕਿੰਨੇ ਟਰੈਕ ਹੈਗੇ ਯਾਰ ਟੁਟੋਰੀਅਲ ਤੇ ਮੂਵੀ ਲੱਕ ਸੌਂਗ ਤੋਂ ਬਾਅਦ ਹਮ ਦਿਲਜੀਤ ਦੋਸਾਂਝ ਤੇ ਬਾਦਸ਼ਾਹ ਪਾਜੀ ਦੀ ਆਪਾਂ ਨੂੰ ਇੱਕ ਕਮਰਸ਼ੀਅਲ ਕਾਇੰਡ ਦੀ ਰੋਮਾਂਟਿਕ ਟਰੈਕ ਸੁਣਨ ਨੂੰ ਮਿਲੀ ਹੈ ਦਿਲਜੀਤ ਦੋਸਾਂਝ ਪਾਜੀ ਦੀ ਹੁੱਕ ਬਹੁਤ ਹੀ ਕੈਚੀ ਤੇ ਵਾਈਬੀ ਜੀ ਹੈਗੀ ਜੋ ਕਿ ਤੁਹਾਨੂੰ ਅਨਦਰ ਵਰਲਡ ਦੇ ਵਿੱਚ ਟਰੈਵਲ ਕਰਾ ਦਿੰਦੀ ਖੜਾ ਦੇਖਦੇ ਰਹਿਣਾ ਨਹੀਂ ਤੇਰੀ ਹੈ ਜੇ ਆਪਾਂ ਬਾਦਸ਼ਾਹ ਪਾਜੀ ਦੇ ਰੈਪ ਦੀ ਗੱਲ ਕਰ ਲਈਏ ਤੇ ਉਹ ਵੀ ਬਹੁਤ ਹੀ ਕੈਂਟ ਹੈਗਾ ਲੇਕਿਨ ਨਸ਼ਾ ਤੂੰ ਇੱਕ ਸਰ ਚੜ ਜਾਏ ਦਿਲਜੀਤ ਦੋਸਾਂਝ ਪਾਜੀ ਦੀ ਆਪਾਂ ਅਗਰ ਗੱਲ ਕਰ ਹੀ ਰਹੇ ਹਾਂ ਤਾਂ ਉਹਨਾਂ ਬਾਰੇ ਇੱਕ ਹੋਰ ਅਨਬ੍ਰੇਕੇਬਲ ਰਿਕਾਰਡ ਨੂੰ ਡਿਸਕਸ ਕਰ ਲਈਏ ਚਲੋ ਜਿਵੇਂ ਕਿ ਦਿਲਜੀਤ ਦੋਸਾਂਝ ਪਾਜੀ 20 ਸਾਲ ਤੋਂ ਜ਼ਿਆਦਾ ਅਰਸੇ ਦੇ ਇੰਡਸਟਰੀ ਦੇ ਵਿੱਚ ਹੈਗੇ ਨੇ ਇਹ ਤਾਂ ਲੇਟੈਸਟ ਨਿਊਜ਼ ਹੈ ਬਹੁਤ ਹੈਗੇ ਨੇ ਤੁਹਾਨੂੰ ਸਾਰਿਆਂ ਨੂੰ ਉਹਨਾਂ ਦੇ ਲੈਵਲ ਦਾ ਪਤਾ ਹੈ ਠੀਕ ਹੈ ਜਦੋਂ ਉਹ ਅੰਬਾਨੀ ਫੈਮਿਲੀ ਦੀ ਪ੍ਰੀ ਵੈਡਿੰਗ ਦੇ ਵਿੱਚ ਉਹ ਪਰਫਾਰਮ ਕਰ ਰਹੇ ਸੀ ਤੇ ਰੀਲ ਬਣਾ ਕੇ ਉਹਨਾਂ ਨੇ ਉਹਦੇ ਇੰਸਟਾਗ੍ਰam ਤੇ ਪਾਈ ਫਿਰ ਕੀ ਹੋਇਆ ਅਭੀ ਬਦਤ ਹੈ ਭਾਈ ਇੰਡੀਆ ਦੀ ਫਰਸਟ ਰੀਲ ਹੋ ਗਈ ਜਿਹੜੀ 100 ਮਿਲੀਅਨ ਵਿਊਜ਼ ਕ੍ਰੋਸ ਕਰ ਗਈ ਵਿਦ ਇਨ ਅ ਡੇ ਯਾਨੀ ਕਿ 24 ਘੰਟਿਆਂ ਤੋਂ ਪਹਿਲੇ ਉਹ ਰੀਲ ਨੇ 100 ਮਿਲੀਅਨ ਪਲੱਸ ਵਿਊਜ਼ ਕ੍ਰੋਸ ਕੀਤੇ ਉਹਨਾਂ ਰੀਲ ਦੇ 130 ਮਿਲੀਅਨ ਪਲੱਸ ਵਿਊਜ਼ ਨੇ ਵਿਦ ਮੋਰ ਦੈਨ ਹਾਫ ਮਿਲੀਅਨ ਸ਼ੇਅਰ ਲੈ ਕੇ ਨੇ ਉਹ ਰੀਲ ਨੂੰ ਠੀਕ ਹੈ ਸਮਝ ਗਿਆ ਸੋ ਯਾਰ ਇਹ ਤੂੰ ਚੈੱਕ ਕਰੋ ਤੁਸੀਂ ਪੰਜਾਬੀ ਕਿਹੜੇ ਲੈਵਲ ਤੇ ਲੈ ਕੇ ਨਾ ਦੇ ਕਲਚਰ ਨੂੰ ਸਾਂਝਾ ਵਾਲਾ ਨਾਮ ਦਿਲਾਂ ਉੱਤੇ ਲਿਖਿਆ ਫਿਰ ਆਪਾਂ ਡਿਸਕਸ ਕਰ ਲੈਣਾ ਜਸਵਿੰਦਰ ਬਰਾੜ ਦੇ ਵੱਲੋਂ ਸਿੱਧੂ ਮੂਸੇਵਾਲੇ ਬਾਈ ਨੇ ਟ੍ਰਿਬਿਊਟਰੀ ਟਰੈਕ ਨਿੱਕੇ ਪੈਰੇ ਨੂੰ ਆਪਾਂ ਇਹ ਟਰੈਕ ਦਾ ਰਿਵਿਊ ਕਰ ਲਈਏ ਤੇ ਜਿਵੇਂ ਕਿ ਇਹਦੇ ਪੋਸਟਰ ਜੇ ਤੁਸੀਂ ਵੇਖ ਸਕਦੇ ਜੇ ਤੁਹਾਨੂੰ ਸਿੱਧੂ ਮੂਸੇਵਾਲੇ ਬਾਈ ਦੀ ਹਵੇਲੀ ਨਜ਼ਰ ਆਉਂਦੀ ਉਸ ਤੋਂ ਬਾਅਦ ਹਵੇਲੀ ਦੇ ਉੱਤੇ ਦੋ ਪੈਰ ਬਣੇ ਨੇ ਇੱਕ ਸਾਈਡ ਤੋਂ ਵੱਟੇ ਪੈਰ ਜਾ ਰਹੇ ਨੇ ਦੂਜੀ ਸਾਈਡ ਤੋਂ ਨਿੱਕੇ ਪੈਰ ਹਵੇਲੀ 'ਚ ਐਂਟਰ ਕਰ ਰਹੇ ਨੇ ਇਸੇ ਪੋਸਟਰ ਦੇ ਸਾਹਮਣੇ ਦੀ ਇਹਦੀ ਹੁੱਕ ਲਾਈਨ ਵੀ ਹੈਗੀ ਅੱਗੇ ਫੈਰੀ ਗਿਆ ਹਾੜਾ ਨਿੱਕੇ ਪੈਰੀਆਂ ਆ ਜਾ ਜਿਨਾਂ ਜਸਵਿੰਦਰ ਬਰਾੜ ਦਾ ਨਹੀਂ ਪਤਾ ਉਹਨਾਂ ਨੂੰ ਇਹ ਦੱਸ ਦੇਵਾਂ ਕਿ ਜਸਵਿੰਦਰ ਬਰਾੜ ਨੂੰ ਸਿੱਧੂ ਮੂਸੇਵਾਲੇ ਬਾਈ ਨੇ ਬੰਬੀ ਹਾ ਬੋਲੇ ਸੌਂਗ ਦੇ ਵਿੱਚ ਸੈਂਪਲ ਕਰਵਾਇਆ ਸੀ ਜਸਵਿੰਦਰ ਬਰਾੜ ਕੁੜੇ ਤੇਰੇ ਮਾਰੇ ਨੂੰ ਦਬਕਾਉਣਾ ਕਾਦਾ ਜੋ ਪਹਿਲਾਂ ਹੀ ਹੁਣ ਜਸਵਿੰਦਰ ਬਰਾੜ ਸਿੱਧੂ ਮੂਸੇਵਾਲੇ ਬਾਈ ਨੂੰ ਇਹ ਟਰੈਕ ਦੇ ਵਿੱਚ ਪ੍ਰੇਸ ਕਰ ਰਹੇ ਨੇ ਉਹਨਾਂ ਦੇ ਮਦਰ ਤੇ ਫਾਦਰ ਜੀ ਦੀ ਸਿਫਤਾਂ ਕਰ ਰਹੇ ਨੇ ਅਲਕਾਰ ਦਿਆ ਸ਼ੇਰਾ ਕਰਨੇ ਕਾਰ ਦਿਆ ਜਾਇਆ ਇਹ ਟਰੈਕ ਦੇ ਵਿੱਚ ਆਪਾਂ ਨੂੰ ਇੱਕ ਅਰਦਾਸ ਵੀ ਸੁਣਨ ਨੂੰ ਮਿਲਦੀ ਜੋ ਕਿ ਤੁਸੀਂ ਅਗਰ ਗੌਰ ਨਾਲ ਸੁਣੋਗੇ ਤੁਹਾਨੂੰ ਇਮੋਸ਼ਨਲ ਗੂਸਬੰਪਸ ਮਿਲਣਗੇ ਇੱਕ ਅਰਦਾਸ ਟਾਈਪ ਦੀ ਵਾਈਬ ਆਏਗੀ ਕਿ ਇਹਦੇ ਵਿੱਚ ਕੁਝ ਮੰਗਿਆ ਜਾ ਰਿਹਾ ਗੋਡ ਤੋਂ ਕਾਸ਼ੀ ਰੱਬ ਕਰੇ ਤੂੰ ਆ ਜਾਵੇਂ ਫੇਰ ਉਹੀ ਚੀਜ਼ ਨੂੰ ਤੁਸੀਂ ਜਸਵਿੰਦਰ ਬਰਾੜ ਦੀ ਇੰਸਟਾ ਪੋਸਟ ਦੀ ਕੈਪਸ਼ਨ 'ਚ ਵੀ ਵੇਖ ਸਕਦੇ ਜੇ ਸੋ ਇਹ ਤੋਂ ਤੁਹਾਨੂੰ ਇਹ ਸੌਂਗ ਤੇ ਇਹਦੀ ਅਰਦਾਸ ਦੇ ਟੌਪਿਕ ਦਾ ਤਾਂ ਪਤਾ ਲੱਗ ਹੀ ਗਿਆ ਹੋਏਗਾ ਨਿੱਕੇ ਪੈਰੀਆਂ ਜਾ ਫਿਰ ਆਪਾਂ ਗੱਲ ਕਰ ਰਹੇ ਸਿੱਧੂ ਮੂਸੇਵਾਲੇ ਬਾਈ ਦੇ ਫੈਨ ਦੇ ਵਾਸਤੇ ਵਾਰਨਿੰਗ ਦੇ ਬਾਰੇ ਤੇ ਸਿੱਧੂ ਬਾਈ ਦੇ ਫੈਨਸ ਨੂੰ ਇੱਕ ਵਾਰਨਿੰਗ ਕੀਤੀ ਜਾ ਰਹੀ ਹੈ ਉਹਨਾਂ ਵਾਸਤੇ ਇੱਕ WhatsApp ਨੰਬਰ ਸ਼ੇਅਰ ਕੀਤਾ ਗਿਆ ਸਿੱਧੂ ਬਾਈ ਦੀ ਟੀਮ ਦੇ ਵੱਲੋਂ ਤੁਸੀਂ ਸੋਸ਼ਲ ਮੀਡੀਆ ਤੇ ਕਿਤੇ ਵੀ ਕੋਈ ਕਿਸੇ ਕਿਸਮ ਦੀ ਸਿੱਧੂ ਮੂਸੇਵਾਲੇ ਬਾਈ ਜਾਂ ਉਹਨਾਂ ਦੀ ਫੈਮਿਲੀ ਦੇ ਖਿਲਾਫ ਪੋਸਟ ਕੋਈ ਮੀਮ ਵੀਡੀਓ ਜਾਂ ਇਸ ਟਾਈਪ ਦੀ ਰੀਲ ਤੁਹਾਡੇ ਸਾਹਮਣੇ ਆਏ ਤੁਸੀਂ ਉਹਨਾਂ ਦਾ ਲਿੰਕ ਕਾਪੀ ਕਰਨਾ ਤੇ ਸਿੱਧੂ ਬਾਈ ਦੀ ਟੀਮ ਨੂੰ ਇਹ ਨੰਬਰ ਤੇ ਸੈਂਡ ਕਰ ਦੇਣਾ ਇਹਦੇ ਨਾਲ ਹੋਏਗਾ ਕਿ ਜੋ ਲੋਕ ਸਿੱਧੂ ਬਾਈ ਦੀ ਫੈਮਿਲੀ ਨੂੰ ਸਪੈਮ ਕਰ ਰਹੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਉਡਾ ਦਿੱਤਾ ਜਾਏਗਾ ਸੋ ਯਾ ਸਿੱਧੂ ਆਰਮੀ ਪਲੀਜ਼ ਇਸ ਚੀਜ਼ ਤੇ ਐਕਸ਼ਨ ਲਿਆ ਜੇ ਨੰਬਰ ਨੋਟ ਕਰ ਲਓ ਤੁਹਾਡੀ ਸਕਰੀਨ ਤੇ ਹੈਗਾ ਕੁਬਰਾ ਬਣਾਉਣ ਵਾਲਾ ਨਹੀਂ ਤੁਹਾਡੇ ਚੈਨਲ ਚੁਨਲ ਜੇ ਗਾਇਬ ਹੋ ਜਾਣਗੇ ਤੁਹਾਨੂੰ ਮੈਂ ਦੱਸਾਂ ਹੁਣ ਆਪਾਂ ਐਂਡ ਤੇ ਗੱਲ ਕਰ ਲੈਣੇ ਹਰਸ਼ ਲਿਖਾਰੀ ਦੇ ਤੇ ਜਿਵੇਂ ਕਿ ਹਰਸ਼ ਲਿਖਾਰੀ ਨੂੰ ਤੁਸੀਂ ਸਾਰੇ ਸਪਲੈਂਡਰ ਸੌਂਗ ਤੋਂ ਜਾਣਦੇ ਜੇ ਮੈਂ ਤਾਂ ਸ਼ਾਮ 5 ਵਜੇ ਹੁੰਦਾ ਸਪਲੈਂਡਰ ਦਾ ਗਿਣਾ ਉਹ ਤੋਂ ਇਲਾਵਾ ਵੀ ਇੰਸਟਾ ਰੀਲਸ ਤੇ ਬਹੁਤ ਹੀ ਟ੍ਰੈਂਡਿੰਗ ਹੈਗਾ ਉਹਦੇ ਛੋਟੀ ਜਿਹੀ ਉਮਰ ਚ ਇੰਟਰਨੈਸ਼ਨਲ ਕੋਲੈਬੋਰੇਸ਼ਨ ਵੀ ਕਰ ਰਹੀ ਤੇ ਹੁਣ ਉਹ ਸਿੱਧੂ ਮੂਸੇਵਾਲੇ ਬਾਈ ਨੂੰ ਆਦੇ ਇੱਕ ਇੰਟਰਵਿਊ ਦੇ ਵਿੱਚ ਪ੍ਰੇਜ਼ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਜਿੱਥੇ ਮੈਨੂੰ ਲੋਕ ਸਿੱਧੂ ਬਾਈ ਦੇ ਨਾਲ ਮਿਲਾਉਂਦੇ ਨੇ ਮੈਂ ਨਹੀਂ ਚਾਹੁੰਦਾ ਵੀ ਮੈਂ ਮੈਨੂੰ ਲੋਕੀ ਉਹਦੇ ਵਰਗਾ ਸਮਝਣ ਕਿਉਂਕਿ ਮੈਂ ਤਾਂ ਆਪ ਉਹਨਾਂ ਨੂੰ ਆਦੀ ਇਨਸਪੀਰੇਸ਼ਨ ਮੰਨਣਾ ਕਿਉਂਕਿ ਮੇ